ਅਸਲਾਮ ਵਾਲੇਕਮ ਜੀ, ਅੱਜ ਦਾ ਵਲੋਗ ਕਰਨੇ ਆ ਸ਼ੁਰੂ। ਅਤੇ ਅੱਜ ਸੁਪਰ ਮੂੰਜੀ ਨੂੰ ਸਪਰੇਅ ਕਰਵਾਉਂਦੇ ਹਾਂ, ਪੇ ਪੱਤਰ ਲਪੇਟ ਪੈ ਗਿਆ, ਸਿਆਪਾ ਬਣੇ ਆ। ਆਹ ਨਹਿਰ ਦੇ ਉੱਤੇ ਜ਼ਮੀਨ ਹੈ ਆਪਣੀ, ਇਹ ਆ ਪਿੱਛੇ ਨਹਿਰ ਹੈ, ਡੇਰੇ ਤੋਂ ਥੋੜ੍ਹਾ ਜਿਹਾ ਅੱਗੇ ਆ ਕੇ। ਅਤੇ ਇਹਨੂੰ ਸਪਰੇਅ ਹੋ ਰਹੀ ਹੈ ਮਸ਼ੀਨ ਵਾਲੀ। ਇਹ ਜੀ ਅੱਜ ਸਪਰੇਅ ਵਾਲੇ ਲਾਏ ਨੇ ਮੂੰਜੀ ਨੂੰ, ਜ਼ਾਹਰ ਹੀ ਬੜਾ ਜਿਹਾ ਐਦ ਕਿ ਉਹ ਕੰਮ ਬੜਾ ਖਰਾਬ। ਸੁਪਰਾਂ ਦੇ ਵਿਚਾਰਿਆਂ ਦੇ ਕੋਈ ਹਾਲਾਤ ਨਹੀਂ, ਸੁਪਰ ਵਾਲੇ ਵਿਚਾਰੇ ਦਲੀਲ ਹੀ ਹੋ ਰਹੇ ਨੇ, ਬੜਾ ਰੌਲਾ ਬਣ ਗਿਆ। ਆਹੋ ਆਹੋ ਇਹ ਬੜਾ ਸਿਆਪਾ ਬਣੇ ਆ, ਅਤੇ ਸਪਰੇ ਵਾਲੇ ਲੱਗੇ ਨੇ ਹੁਣ ਸਪਰੇ ਕਰਦੇ ਨੇ ਪੇ ਪੱਤਰ ਲਪੇਟ ਦੀ ਸੁਪਰ ਮੂੰਜੀ ਨੂੰ। ਸੁਪਰ ਦੇ ਚੌਲ ਐਵੇਂ ਨਹੀਂ ਲੋਕ ਖਾਂਦੇ, ਸੁਪਰ ਸੁਪਰ ਪੇ ਕਰਦੇ ਨੇ, ਬੜਾ ਸਿਆਪਾ ਹੈ ਸੁਪਰਾਂ ਦਾ। ਸਪਰੇ ਵਾਲਾ ਰੌਲਾ ਮੁੱਕ ਗਿਆ, ਪੂਰੇ 2 ਕਿੱਲੇ ਥਾਂ ਦੋਵਾਂ ਕਿੱਲਿਆਂ ਨੂੰ ਹੋ ਗਈ। ਮੌਸਮ ਠੀਕ ਹੀ, ਠੰਡਾ ਹੀ ਠੰਡਾ ਹੀ ਹੈ, ਅੰਤੇ ਧੁੱਪ ਲੱਗੀ ਹੈ। ਬਾਪੂ ਹੋਰੀ ਲੈ ਚਲੇ ਨੇ ਇਹਨਾਂ ਨੂੰ ਨਾਲ ਦੂਜੀ ਜਗ੍ਹਾ 'ਤੇ, ਉੱਥੇ ਟਾਹਲੀ ਵਾਲੇ ਉਹ ਉੱਥੇ ਵਿੱਚ ਕਰਾਉਣ ਅਤੇ ਮੈਦਪੁਰ ਕਰਾਉਣ, ਅਤੇ ਇਹਨਾਂ ਦਾ ਕੰਮ ਲੰਮਾ ਸੀ ਜਾ ਕੇ ਘਰ। ਅਸੀਂ ਪਹੁੰਚੇ ਹਾਂ ਜੀ ਮੈਦਪੁਰ ਟਰੈਕਟਰ ਲੈ ਕੇ, ਅਤੇ ਉਹ ਸਪਰੇ ਵਾਲੇ ਵੀ ਇੱਥੇ ਪੜਾਏ ਨੇ। ਮੈਂ 6 ਟੈਂਕੀਆਂ ਨੇ ਲਾ ਲਈਆਂ ਨੇ, 2 ਲਾਉਂਦੇ ਨੇ, ਫਿਰ 2 ਹੋਰ ਲੈਣੀ, ਇਹ ਲਾ ਕੇ 2 ਇੱਕ ਫੇਰਾ ਹੋਰ ਰਹਿ ਗਏ ਨੇ, 1-1 ਟੈਂਕੀ ਹੋਰ ਲਾਉਣੀ ਹੈ। ਰੂਟਰ ਵਾਲਾ ਆਇਆ, ਰੂਟਰ ਵੱਜਦਾ ਆ, ਜ਼ਮੀਨ ਬਰੀਕ ਹੋ ਗਈ ਹੈ ਜੀ, ਹੁਣ ਇੰਜ ਹੋ ਰਹੀ ਹੈ, ਫਰਕ ਹੈ, ਫਰਕ ਚੈੱਕ ਕਰੋ। ਇੱਕ ਆ ਖਲੋਤਾ ਏ ਵਿੱਚ ਖਲੋ ਰਹੇ ਨੇ, ਇਹਨਾਂ ਰੂਟਾਵੇਟਰ ਫਰਾਉਣ ਦਾ ਮਕਸਦ ਇਹ ਰੱਖ ਨਾ ਬਰੀਕ ਹੋ ਜਾਏ ਦੀ, ਅਤੇ ਦਾਤਰ ਕੱਲ੍ਹ ਨੂੰ ਸੌਖਾ ਵੱਜੇ ਦਾ, ਪੱਠੇ ਵੱਡੇ ਸੌਖੇ ਜਾਣ ਦੇ, ਸ਼ਟਾਲਾ ਬੀਜਣ ਮੱਝਾਂ ਵਾਸਤੇ ਅਤੇ ਉਹ ਵੱਡਿਆ ਸੌਖਾ ਜਾਏਗਾ, ਇਸ ਵਾਸਤੇ ਰੂਟਰ ਵੱਜਦਾ ਪਿਆ। ਰੂਟਰ ਵਾਲੇ ਨੂੰ ਬੁਲਾਇਆ, ਉਹ ਰੂਟਰ ਮਾਰ ਕੇ ਦੇ ਜਾਏਗਾ, ਇਹਨੂੰ ਆਉਂਦੇ ਨੇ ਵੀ ਰੂਟਾਵੇਟਰ। 385 ਟਰੈਕਟਰ ਹੈ, ਅਤੇ ਪਿੱਛੇ ਰੂਟਰ ਵੱਜਦਾ ਪਿਆ। ਮੈਂ ਤਕਰੀਬਨ 3-4 ਲੋਹੇ ਨੇ ਪਾਏ ਆ, ਜੀ ਖੱਤੇ ਰੂਟਰ ਸਾਰੇ ਹੀ ਮਾਰਨਾ ਹੁਣ। ਪਿੱਛੋਂ ਹਾਂ ਟਰੈਕਟਰ ਲਿਆ ਖਿਲਾ ਰਹੇ ਹਾਂ, ਸੁਹਾਗਾ ਮਾਰਨਾ ਆਪਣੇ ਟਰੈਕਟਰ 'ਤੇ, DAP ਸੱਟਣੀ ਹੈ, DAP ਤਾਂ ਨਹੀਂ ਆਇਆ ਉਂਝ, ਐਂਗਰੋ DA ਜ਼ੋਰਾਵਰ, ਇਹ ਥੱਲੇ ਸੱਟ ਕੇ ਅਤੇ ਉੱਤੇ ਸੁਹਾਗਾ ਮਾਰਾਂਗੇ, ਅਤੇ ਇਹਨੂੰ ਪਾਣੀ ਲਾ ਕੇ ਦਿਖ ਟਾਲੇ ਦਾ ਮੀਂਹ ਸੱਟ ਛੱਡਾਂਗੇ। ਜੀ ਰੂਟਰ ਤੋਂ ਬਾਅਦ ਬਿਲਕੁਲ ਪੈਲੀ ਜ਼ਮੀਨ ਬਿਲਕੁਲ ਫਲੇਮ ਹੋ ਗਈ, ਰੂਟਰ ਵੱਜਿਆ ਜੀ, ਇੱਥੇ ਹੁਣ ਪਾਣੀ ਲਾਵਾਂਗੇ ਅਤੇ ਛਟਾਲਾ ਬੀਜ ਦਿਆਂਗੇ। ਹੈ ਜੀ ਟਰੈਕਟਰ ਰੂਟਾ ਟੁਰ ਚਲਾ, ਰੂਟਾ ਨਹੀਂ ਸਹੀ ਬਣਾ ਛੱਡੀ ਹੈ ਪਹਿਲੀ, ਸਾਨੂੰ ਹੱਲਾ ਮਾਰਨੀ ਨਹੀਂ ਪਈਆਂ, ਅਸੀਂ ਹੁਣ ਪਿੰਡ ਜਾ ਰਹੇ ਹਾਂ ਵਾਪਸ, ਖਾਲੀ ਲੈ ਕੇ ਤਾਂ ਆਏ ਹਾਂ ਅਤੇ ਹਾਲ ਖਾਲੀ ਲੈ ਕੇ ਟੁਰ ਚੱਲੇ। ਅੱਜ ਸ਼ਾਮ ਨੂੰ ਮੈਚ ਹੈ ਵਾਲੀਬਾਲ ਦਾ, ਉਹ ਵੀ ਤੁਹਾਨੂੰ ਵਿਖਾਉਂਦੇ ਇਨਸ਼ਾਲਾ, ਉਹ ਸ਼ਾਮ ਨੂੰ ਰਾਤ ਨੂੰ। ਇਹ ਚੈੱਕ ਕਰੋ ਜੀ, 12 ਦਾ ਵਿਊ ਲੈਵਲ ਦੀ ਖੁਸ਼ੀ ਵਿੱਚ ਸਾਰਿਆਂ ਲੋਕਾਂ ਘਰਾਂ ਵਿੱਚ ਸਜਾਈ ਉਹਨੇ ਘਰ, ਮਾਸ਼ਾਅੱਲਾ। ਆਹੀ ਜੀ ਮੈਚ ਵੇਖਣ ਆਇਆ ਵਾਲੀਬਾਲ ਦਾ, ਰੌਣਕ ਚੈੱਕ ਕਰੋ, ਸੰਜੀਮਾ ਤੇਰਾ ਕੋਈ ਡੁਮਕਾ ਲਾ ਜਾ। ਆਹ ਚੈੱਕ ਕਰੋ ਜੀ ਰੌਣਕ, ਮਾਲ ਨਹੀਂ ਹੋ ਗਿਆ ਪੂਰੇ ਨਜ਼ਾਰੇ ਬਣੇ। ਇਹ ਜੀ ਇਸਤਕਬਾਲ ਹੋ ਰਿਹਾ ਵੜੈਚ ਦਾ, ਵੜੈਚ ਇਸਤਕਬਾਲ ਹੋ ਰਿਹਾ, ਵੇਖੋ ਜੀ ਬਹੁਤ ਸੱਦੇ ਜਾ ਰਹੇ ਨੇ, ਗੋਲ ਵੱਜੇ ਆ ਵੜੈਚ ਦਾ, ਖੇਡ ਗੇਮ ਹੈ, ਗੇਮ ਦੇ ਖਿਡਾਰੀਆਂ ਨੂੰ ਵੇਖੋ ਕੀ ਪੈਸੇ ਵੇਖਿਆ, ਉਹ ਕਿਆ ਬਾਤ ਹੈ, ਬੱਲੇ ਜਿਉਂ ਹੋਏ ਉਹ ਲੜਾ ਆਇਆ, ਕਿਆ ਬੱਚੇ ਸਾਰੇ ਗਏ ਨੇ ਬੱਚੇ ਜਾ ਕੇ ਪੈਸੇ ਲੁੱਟਣੇ, ਪੂਰਾ ਮੇਲੇ ਵਾਲਾ ਮੋਲ ਬਣਿਆ ਜੀ, ਨਾ ਪਹੁੰਚੇ ਵਾਪਸ, ਪੂਰਾ ਮੇਲੇ ਵਾਲਾ ਮੋਲ ਬਣਿਆ, ਤਜਰਬਾ ਦੀ ਵੀ ਹੀਰ ਹੋਏ ਨਾ ਚੱਲੇ ਨੇ ਕਹਿੰਦਾ ਚੱਲਿਆ ਬਾਪੂ ਵਾਲੇ ਬਾਲੀ ਬਾਲੀ ਕਾਲੀ ਜਨਾਬ ਦੀ ਬੜੀ ਮਿਹਰਬਾਨੀ।
अपने काम चले आए ताश चली जा रही बाबे अपने रौनक मस्त हाँ मजदूर
नोटिफिकेशन वास्ते बेल आइकन जरूर दबाया। थैंक यू सो मच।